ਸਤਿ ਸ਼੍ਰੀ ਅਕਾਲ ਜੀ, ਵੈਲਕਮ ਆ ਜੀ ਤੁਹਾਡਾ ਮੇਰੇ ਚੈਨਲ ਬੀ ਸਟਾਈਲਿਸ਼ 'ਤੇ। ਅਤੇ ਅੱਜ ਆਪਾਂ ਫਿਰ ਤੁਹਾਡੇ ਨਾਲ ਬਹੁਤ ਹੀ ਪਿਆਰੇ ਜਿਹੇ ਡਿਜ਼ਾਇਨ ਸ਼ੇਅਰ ਕਰ ਰਹੇ ਹਾਂ। ਸੋ ਇਹ ਹੈਗੇ ਆ ਜੀ ਜੋਰਜਟ ਦੇ ਬਣੇ ਹੋਏ ਆ, ਸੈਮੀ ਫਾਰਮਲ ਜੇ ਡਿਜ਼ਾਇਨ ਆ। ਅਗਰ ਤੁਸੀਂ ਹੈਵੀ ਦੇ ਨਾਲ ਕੁਝ ਹਲਕਾ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਹ ਸੂਟਸ ਆ ਜਿਹੜੇ ਟਰਾਈ ਕਰ ਸਕਦੇ ਹੋ। ਸੋ ਇਹ ਤੁਸੀਂ ਡੇਲੀ ਵੇਅਰ ਲਈ ਵੀ, ਆਪਣੇ ਡੇਲੀ ਰੂਟੀਨ ਦੇ ਅਕੋਰਡਿੰਗ ਵੀ ਬਣਾ ਸਕਦੇ ਹੋ। ਤੁਸੀਂ ਓਨਲੀ ਸੂਟ ਲੈਣਾ ਚਾਹੁੰਦੇ ਹੋ ਜਾਂ ਵਿਦ ਦੁਪੱਟਾ ਲੈਣਾ ਚਾਹੁੰਦੇ ਹੋ, ਸੋ ਤੁਸੀਂ ਉਹ ਮੈਂਸ਼ਨ ਕਰਿਆ ਕਰੋ ਜਦੋਂ ਤੁਸੀਂ ਸਕਰੀਨਸ਼ਾਟ ਭੇਜ ਦਿਓ। ਸਕਰੀਨਸ਼ਾਟ ਭੇਜਣ ਲਈ ਮੇਰਾ ਵਟਸਐਪ ਨੰਬਰ ਹੈਗਾ ਜੀ 7589231377 'ਤੇ ਸਕਰੀਨਸ਼ਾਟ ਭੇਜ ਸਕਦੇ ਹੋ ਔਰ ਨਾਲ ਤੁਸੀਂ ਪ੍ਰਾਈਸ ਜਾਣ ਸਕਦੇ ਹੋ। ਕੰਪਲੀਟ ਸੂਟ ਵੀ ਲੈ ਸਕਦੇ ਹੋ ਔਰ ਓਨਲੀ ਸੂਟ ਵੀ ਲੈ ਸਕਦੇ ਹੋ, ਵਿਦਆਊਟ ਸਟਿਚਿੰਗ, ਵਿਦ ਸਟਿਚਿੰਗ, ਸਾਰਿਆਂ ਦੀ ਪ੍ਰਾਈਜ਼ ਆ ਜਿਹੜੀਆਂ ਅਲੱਗ ਅਲੱਗ ਹੈਗੀਆਂ। ਸੋ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਹੈ ਜਾ ਸਕਦੇ ਹੋ। ਦੁਪੱਟਾ ਹੈ, ਕਲਰ ਤੁਹਾਡਾ ਸਾਰਾ ਕੁਛ ਜਿਹੜਾ ਤੁਹਾਡਾ ਚੋਇਸ ਦੇ ਅਕੋਰਡਿੰਗ ਹੀ ਅਸੀਂ ਰੈਡੀ ਕਰਦੇ ਹਾਂ। ਸੋ ਜਿਵੇਂ ਇਹ ਬਿਲਕੁਲ ਗ੍ਰੇਸ਼ ਟੋਨ ਦੇ ਵਿੱਚ ਹੈਗਾ, ਸੋ ਸਕਿਨ ਗ੍ਰੇਸ਼ ਜਾਂ ਟੋਨ ਹੈਗੀ ਹੈ ਇਹਦੀ। ਇਹ ਦੇਖੋ ਕਲਰ, ਇਹ ਵਾਲਾ ਕਲਰ ਆ ਜਿਹੜਾ ਇਹਦਾ ਸਹੀ ਹੈਗਾ। ਸੋ ਇਹਦੇ ਵਿੱਚ ਜਿਵੇਂ ਅਸੀਂ ਸੈਂਟਰ ਦੇ ਵਿੱਚ ਸਿੰਗਲ ਥਰੈਡ 'ਤੇ ਔਰ ਮਲਟੀ ਜਿਹੜਾ ਕਲਰਸ ਦੇ ਨਾਲ ਇਹਨੂੰ ਡਿਜ਼ਾਇਨ ਕੀਤਾ ਹੋਇਆ, ਸੈਂਟਰ ਪੈਨਲ ਬਣਦਾ ਜੀ ਇਸ ਤਰ੍ਹਾਂ। ਸੋ ਇਹ ਬਹੁਤ ਹੀ ਪਿਆਰਾ ਡਿਜ਼ਾਇਨ ਬਣਦਾ ਹੈਗਾ, ਉੱਪਰ ਤੱਕ ਇਹਦੇ ਇਸ ਤਰ੍ਹਾਂ ਲਾਈਨਸ ਜਾਂਦੀਆਂ, ਵਿੱਚ ਫਲਾਰ ਜਾਂਦੇ ਹੈਗੇ ਆ। ਸੋ ਇਹਨੂੰ ਬਹੁਤ ਹੀ ਪਿਆਰੇ ਥਰੈਡ ਨਾਲ ਲਾ ਕੇ ਇਹਨੂੰ ਬਣਾਇਆ ਹੋਇਆ, ਇਸ ਤਰ੍ਹਾਂ ਸਿੰਗਲ ਵਿੱਚ ਇੰਬਰਾਇਡਰੀ ਆ ਜਾਂਦੀ ਹੈ। ਸੋ ਕਾਫੀ ਥਰੈਡ ਲੱਗ ਕੇ ਹੀ ਬਣਿਆ ਹੋਇਆ ਸੈਂਟਰ ਪੈਨਲ ਦਾ, ਬਿਲਕੁਲ ਡਿਫਰੈਂਟ ਜਿਹਾ ਡਿਜ਼ਾਇਨ ਹੈ, ਬਿਲਕੁਲ ਨਿਊ ਡਿਜ਼ਾਇਨ ਹੈਗਾ। ਸੋ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਇਹਨੂੰ ਕਿਸੇ ਵੀ ਕਲਰ ਸ਼ੇਡ 'ਤੇ ਬਣਾ ਸਕਦੇ ਹੋ ਜੀ। ਜ਼ਿਆਦਾ ਡਾਰਕ ਜਦੋਂ ਤੁਸੀਂ ਕਲਰ ਲੈਂਦੇ ਹੋ ਤਾਂ ਫਲਾਰ ਦਾ ਧਿਆਨ ਰੱਖਿਆ ਕਰੋ, ਕਿਉਂਕਿ ਇਹੋ ਜਿਹੇ ਸ਼ੇਡ ਜਿਹੜੇ ਫਲਾਰ ਦੇ ਵਿੱਚ ਲੱਗਦੇ ਆ, ਜੇ ਅਗਰ ਤੁਸੀਂ ਉਹ ਸ਼ੇਡ ਜਿਹੜਾ ਸੂਟ ਦਾ ਕਰ ਲੈਂਦੇ ਹੋ ਤਾਂ ਥੋੜ੍ਹਾ ਮੁਸ਼ਕਿਲ ਹੋ ਜਾਂਦਾ ਹੈ ਫਲਾਰ ਦਾ ਕਲਰ ਚੇਂਜ ਕਰਨ ਲਈ। ਸੋ ਤੁਸੀਂ ਲਾਈਟ ਸ਼ੇਡ ਲਓਗੇ ਤਾਂ ਸੇਮ ਗ੍ਰੇਸ ਆਊਗੀ, ਅਗਰ ਤੁਸੀਂ ਥੋੜ੍ਹਾ ਡਾਰਕ ਟੋਨ ਦੇ ਵਿੱਚ ਵੀ ਜਾਣਾ ਚਾਹੁੰਦੇ ਹੋ ਤਾਂ ਥੋੜ੍ਹਾ ਅਲੱਗ ਫਲਾਰ ਦੇ ਕਲਰ ਆ ਜਿਹੜੇ ਉਹਦੇ 'ਤੇ ਅੱਛੇ ਲੱਗਣ, ਸੋ ਇਹੋ ਜਿਹਾ ਕਲਰ ਚੂਜ਼ ਕਰਿਓ। ਸੋ ਇਹਦੇ ਨਾਲ ਅਸੀਂ ਪਾਈਪਿੰਗ ਦਿੱਤੀ ਹੋਈ ਹੈ ਜਿਸ ਤਰ੍ਹਾਂ, ਔਰ ਇਹਦੇ ਨਾਲ ਅਸੀਂ ਪਿਓਰ ਕੋਟਾ ਦਾ ਦੁਪੱਟਾ ਲਗਾਇਆ। ਦੁਪੱਟਾ ਤੁਸੀਂ ਜ਼ਰੂਰ ਮੈਂਸ਼ਨ ਕਰਿਓ ਕਿ ਤੁਸੀਂ ਕਿਸ ਸਟੱਫ ਦਾ ਲਗਾਉਣਾ ਚਾਹੋਗੇ, ਕਿਉਂਕਿ ਇਹ ਪਿਓਰ ਹੈ। ਅਗਰ ਤੁਸੀਂ ਸੁਪਰ ਨੈਟ ਜਾਂ ਮਸਲੀਨ ਦੇ ਵਿੱਚ ਜਾਣਾ ਚਾਹੁੰਦੇ ਹੋ ਤਾਂ ਉਹਦੇ ਨਾਲ ਡਿਫਰੈਂਟ ਪ੍ਰਾਈਸ ਹੋ ਜੂਗਾ। ਸੋ ਇਹ ਜਿਵੇਂ ਅਸੀਂ ਥੋੜ੍ਹਾ ਜਿਹਾ ਡਿਫਰੈਂਟ ਇਹਨੂੰ ਡਾਈ ਕੀਤਾ ਹੋਇਆ। ਸੋ ਇਹ ਜਿਹੜੀ ਡਾਈ ਹੈਗੀ ਹੈ ਜੀ, ਥੋੜ੍ਹੀ ਕੋਸਟਲੀ ਹੋ ਜਾਂਦੀ ਹੈ ਇਸ ਤਰ੍ਹਾਂ ਡਿਜ਼ਾਇਨ ਦਿੱਤੇ ਹੋਏ ਆ, ਬਹੁਤ ਹੀ ਹਲਕੇ ਫੁਲਕੇ ਸ਼ੇਡ ਦੇ ਵਿੱਚ ਇਹਨੂੰ ਇਸ ਤਰ੍ਹਾਂ ਫਲਾਰ ਜਿਹੀ ਬਣੀ ਹੋਈ ਹੈ ਦੁਪੱਟੇ ਦੇ ਵਿੱਚ। ਸੋ ਇਹ ਬਹੁਤ ਹੀ ਡਿਫਰੈਂਟ ਹੈ ਔਰ ਇਸ ਤਰ੍ਹਾਂ ਇਹਦਾ ਅਸੀਂ ਕੱਟ ਵਰਕ ਕੀਤਾ ਹੋਇਆ। ਸੋ ਇਹ ਬਹੁਤ ਹੀ ਪਿਆਰਾ ਜਿਹਾ ਕੰਸੈਪਟ ਹੈ, ਬਿਲਕੁਲ ਸੋਬਰ ਡਿਜ਼ਾਇਨ ਹੈ। ਸੋ ਤੁਸੀਂ ਇਸ ਜਿਹੜਾ ਡਿਜ਼ਾਇਨ ਨੂੰ ਬਣਵਾ ਸਕਦੇ ਹੋ। ਸੋ ਜਿਹੜਾ ਇਹ ਨੈਕਸਟ ਸੂਟ ਹੈਗਾ ਜੀ, ਇਹ ਬਿਲਕੁਲ ਹੀ ਬੇਸ ਸ਼ੇਡ ਦੇ ਉੱਪਰ ਬਣਿਆ ਹੋਇਆ ਸੂਟ ਹੈ। ਸੋ ਇਹਦਾ ਜਿਵੇਂ ਘੇਰਾ ਬਣਦਾ ਹੈਗਾ, ਬਹੁਤ ਹੀ ਪਿਆਰੇ ਜਿਹੇ ਸ਼ੇਡ ਲੱਗ ਕੇ ਇਹ ਬਣਿਆ ਹੋਇਆ। ਇਹ ਦੇਖੋ ਕਾਫੀ ਜਿਹੜੇ ਕਲਰਸ ਦੇ ਨਾਲ ਅਸੀਂ ਇਹਦੀ ਇੰਬਰਾਇਡਰੀ ਕੀਤੀ ਹੁੰਦੀ ਹੈ, ਉੱਪਰ ਅਸੀਂ ਪੋਟਲੀ ਬਟਨ ਦਿੰਦੇ ਹਾਂ ਜਿਵੇਂ। ਸੋ ਇਹ ਦੇਖੋ ਬਹੁਤ ਹੀ ਪਿਆਰਾ ਡਿਜ਼ਾਇਨ ਹੈ, ਇਹਦੇ ਨਾਲ ਅਸੀਂ ਔਰਗੈਂਜ਼ਾ ਦੁਪੱਟਾ ਕਰਕੇ ਨਾਲ ਕੱਟ ਵਰਕ ਦਿੱਤਾ ਹੋਇਆ। ਸੋ ਇਹ ਵੀ ਸਾਡੇ ਜਿਵੇਂ ਸੈਮੀ ਫੋਰਮਲ ਸੂਟਸ ਦੇ ਵਿੱਚ ਇਹ ਜਾ ਰਹੇ ਸੂਟਸ ਹੈ। ਸੋ ਤੁਸੀਂ ਵੀ ਇਹਨਾਂ ਨੂੰ ਅਗਰ ਤੁਸੀਂ ਕੁਛ ਹਲਕਾ ਪਾਰਟੀ ਵੇਅਰ ਟਰਾਈ ਕਰਨਾ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਦੇ ਸੂਟਸ ਆ ਜਿਹੜੇ ਟਰਾਈ ਕਰ ਸਕਦੇ ਹੋ। ਔਰ ਇਹ ਜਿਵੇਂ ਰੈੱਡ ਕਲਰ ਦੇ ਵਿੱਚ ਹੈ ਜੀ, ਇਹਦੇ ਜਿਵੇਂ ਨੀਚੇ ਘੇਰੇ ਦੀ ਇੰਬਰਾਇਡਰੀ ਹੈਗੀ ਆ, ਬਾਦਲਾ ਵਰਕ ਦੇ ਵਿੱਚ ਇਹ ਹੈਗਾ, ਵਿੱਚ ਥੋੜ੍ਹਾ ਜਿਹਾ ਥਰੈਡ ਲੱਗਦਾ ਹੈਗਾ। ਸੋ ਇਹਦੇ ਵੀ ਜਿਵੇਂ ਇਸ ਤਰ੍ਹਾਂ ਗਲਾ ਬਣਦਾ ਹੈਗਾ ਜੀ, ਇਹਦੇ ਅਸੀਂ ਬੈਕ 'ਤੇ ਬਣਾਉਣੇ ਆ ਇਸ ਤਰ੍ਹਾਂ ਡਿਜ਼ਾਇਨ। ਔਰ ਇਹਦੇ ਨਾਲ ਟੈਬੀ ਦੁਪੱਟਾ ਹੈਗਾ, ਡਬਲ ਲੇਸਿਸ ਆ, ਇੱਕ ਕਲਰਫੁੱਲ ਲਗਾਉਣੇ ਆ ਔਰ ਇੱਕ ਥਰੈਡ ਨਾਲ ਵਰਕ ਨਾਲ ਦਾ ਸੋਰੀ ਬੂਟਾ ਕਰਦੇ ਹਾਂ। ਇਹਦੇ ਨਾਲ ਅਸੀਂ ਵਿੱਦ ਜਿਵੇਂ ਸ਼ਰਾਰਾ ਬਣਾਇਆ ਹੋਇਆ ਹੈ, ਦੇਖੋ ਸ਼ਰਾਰੇ ਦੇ ਉੱਪਰ ਲੇਸਿਸ ਲਾਈਆਂ ਹੋਈਆਂ। ਸੋ ਅਗਰ ਤੁਸੀਂ ਜ਼ਿਆਦਾ ਹੈਵੀ ਬਣਾਉਣਾ ਚਾਹੁੰਦੇ ਹੋ ਤਾਂ ਉਹਦੇ ਲਈ ਥੋੜ੍ਹਾ ਜਿਹਾ ਜ਼ਿਆਦਾ ਸਟੱਫ ਨਾਲ ਸ਼ਰਾਰਾ ਬਣਦਾ। ਇਹ ਥੋੜ੍ਹਾ ਸਿੰਪਲ ਜਿਸ ਤਰ੍ਹਾਂ 6 ਕਲੀਆਂ ਇੱਕ ਸਾਈਡ ਆ, 12 ਕਲੀਆਂ ਵਾਲਾ ਸ਼ਰਾਰਾ ਹੈਗਾ, ਸੋ ਉਹਦੀ ਫੋਲ ਆ ਜਿਹੜੀ ਇਸ ਤਰ੍ਹਾਂ ਆ ਜਾਂਦੀ ਹੈ। ਸੋ ਇਹ ਸੀਗੇ ਜੀ ਕੁਛ ਸੋਮੀ ਸੈਮੀ ਫੋਰਮਲ ਜਿਹੇ ਡਿਜ਼ਾਇਨ। ਸੋ ਤੁਸੀਂ ਇਹਨਾਂ ਨੂੰ
ट्राई कर सकते हो अपनी चॉइस के अकॉर्डिंग। और अगर तुसी मेरा इंस्टा दे ऊपर अपडेट्स ते डेली दे सूट्स दियां देखना चाहुंदे हो तां ओह फॉलो करन लई जी मेरे डिस्क्रिप्शन बॉक्स दे विच आ जिहड़ा इंस्टा दी आईडी होगी, सो तुसी उत्थे जाके इंस्टाग्राम ते फॉलो कर सकदे हो, क्योंकि बहुत सारी रिक्वेस्ट है कि तुसी इंस्टा दी आईडी शेयर करो। सो मैं हर वीडियो दे विच दसदी हां कि तुसी डिस्क्रिप्शन बॉक्स दे विच जाके इंस्टा दे उपर भी सानू फॉलो कर सकदे हो डेली अपडेट्स लई। सो इसे तरह जी आपां तुहाडे नाल नवीं नवीं डिजाइनिंग शेयर करदे रहांगे। सो बने रहो मेरे चैनल बी स्टाइलिश ते वीडियो वॉच करन लई बहुत बहुत थैंक यू जी, थैंक यू सो मच।